ਸ਼ੌਕ ਕਰੋ, ਇਹਨੂੰ ਖਰਾਬ ਨਾ ਕਰੋ, ਤਾਂ ਕਿ ਅਸੀਂ ਇਹ ਬੱਚਿਆਂ ਨੂੰ ਇਹ ਤਰਬੀਅਤ ਦੇਈਏ। ਉਹ ਕਬੂਤਰ ਨਾ ਰੱਖਣਾ ਇੱਥੇ ਲੜਾਈ ਜੇ, ਕੁੱਤਿਆਂ ਦਾ ਸ਼ੌਕ ਰੂਝਦੇ ਸੀ, ਸਾਰੀ ਲੜਾਈਆਂ ਨੇ ਖਤਮ ਕਰ ਦਿੱਤਾ। ਤੇਰਾ ਕੁੱਤਾ ਹਰ ਗਿਆ, ਤੂੰ ਗੋਲੀ ਚਲਾਤੀ, ਮੇਰਾ ਹਰ ਗਿਆ, ਮੈਂ ਗੋਲੀ ਚਲਾਤੀ, ਸ਼ੌਕ ਹੀ ਖਤਮ ਹੋ ਗਿਆ। ਇਹੋ ਹੀ ਹਾਲ ਇਸ ਕਬੂਤਰਬਾਜ਼ੀ ਨਾਲ ਹੁੰਦਾ ਜਾਂਦਾ ਜੀ। ਦੇਖੋ ਇਹ ਕਿਹੜਾ ਜਵਾਬ ਹੈ ਯਾਰ, ਕਿ ਤੁਸੀਂ ਕਰੋੜ ਕਰੋੜ ਰੁਪਏ ਦੀ ਬਾਜ਼ੀ ਲਾਉਂਦੇ ਪਏ, 50-50 ਲੱਖ ਦੀਆਂ ਬਾਜ਼ੀਆਂ ਲਾਉਂਦੇ ਪਏ ਸ਼ੌਕ ਕਰਨ ਦੇ। ਉਹ ਭਾਈ ਪੈਸੇ ਤੁਹਾਡੇ ਕੋਲ ਨੀ ਹੈਗੇ, ਸਾਰਿਆਂ ਕੋਲ ਹੈਗੇ ਨੇ। ਸਹੀ ਗੱਲ ਹੈ, ਦਿਲ ਸਾਰਿਆਂ ਕੋਲ ਹੈਗਾ ਜੀ, ਕਿਸੇ ਭੁਲੇਖੇ ਨਾ ਕੋਈ ਦੇਵੇ। ਇੱਥੇ ਹਰ ਰਾਤ ਮਾਂ ਲਾਹੌਰ ਦੇ ਵਿੱਚ ਭਲਵਾਨ ਜੰਮਦੀ ਜੇ, ਅੱਲਾ ਦੀ ਕਸਮ ਹੈ। ਲੇਕਿਨ ਪਤਾ ਕੀ, ਇਹ ਸ਼ੌਕ ਨੂੰ ਸ਼ੌਕ ਰੱਖੋ ਤੇ ਮਾੜੇ ਨਾਲ ਪਿਆਰ ਕਰੋ। ਵਾਹ ਵਾਹ ਵਾਹ। ਇਸ ਤਰ੍ਹਾਂ ਕੋਈ ਬਜ਼ੁਰਗ ਆ ਕੇ ਪਵੇ ਨਾ, ਤੇ ਉਹਨੂੰ ਜੱਫੀ ਪਾਓ, ਉਹਦਾ ਦਿਲ ਸੀਨਾ ਚੌੜਾ ਹੋਵੇ, ਯਾਰ ਮੇਰੀ ਕਦਰ ਕਰਨ ਦੇ ਹੈ। ਖੁਦਾ ਦੀ ਕਸਮੇ, ਅਸੀਂ ਲੋਕਾਂ ਨੇ ਆਪਣੀ ਕਬੂਤਰਬਾਜ਼ੀ ਆਪ ਬਰਬਾਦ ਕੀਤੀ ਹੈ, ਅਸੀਂ ਕਿਸੇ ਉਸਤਾਦ ਦੀ ਇੱਜ਼ਤ ਹੀ ਨਹੀਂ ਕਰ ਸਕਦੇ। ਅਤੇ ਇਸ ਲਈ ਮਾੜੇ ਲੋਕਾਂ ਨਾਲ ਪਿਆਰ ਕਰੋ ਅਤੇ ਸ਼ੌਕ ਨੂੰ ਸ਼ੌਕ ਰੱਖੋ, ਤੁਹਾਡਾ ਸ਼ੌਕ ਖਤਮ ਨਹੀਂ ਹੋ ਸਕਦਾ ਸਾਰੀ ਜ਼ਿੰਦਗੀ। ਕਿਆ ਬਾਤ ਹੈ, ਬਸ ਸਾਡਾ ਇਹੀ ਪੈਗਾਮ। ਬੜੀ ਸੋਹਣੀ ਤੁਸੀਂ